फोटोग्राफी कौन करोगे? जमीर नु कौन करेगा? जमीर मोटे खड़ गया कि बड़ी बजे तो भाई सर घटना को अंजाम दिया गया। क्या मामला है, क्या सारा? पिंड कालड़ा है यूको बैंक। वक्त करीब 1:15 के करीब दे विच चार नौजवान आए, एक एक्टिवा चिट्टे रंग की हैगी सी, दूसरा मोटरसाइकिल सी स्पलेंडर ब्लैक कलर का। उत्थे चार नौजवान जिन्होंने अपने सिर ते पीले परने पीले परने बने हुए सी वो अंदर दाखिल हुए, मैनेजर साहब के कमरे से गए तो उन्होंने जाके वैपन दिखाया। इन दी मीन टाइम गार्ड आ गया, गार्ड ने पूछा कि भी तुसी कौन हो, की गल है? तो गार्ड दे गल पै गए, गार्ड की जिहड़ी गन स्नैच कर ली। तो जो मतलब कि वो गुत्थम गुत्था हो गए, तो उस तो बाद उन्होंने जोड़े है बत्ते आए असॉल्टर, उन्होंने एक बंद ने उन्हें गोली मार दी गार्ड में, जो वो चेस्ट में लगी तो वो मौके पर डैथ हो गई। तो 597,000 समथिंग रकम हैगी है उन्होंने कैशियर वाले काउंटर के लैके फरार हो गए।
ਸਿਕਿਉਰਿਟੀ ਗਾਰਡ ਸੀਸੀਟੀਵੀ ਤੇ ਸੀਸੀਟੀਵੀ ਕੋਈ ਫੁਟੇਜ ਇਸ ਚੀਜ਼ ਦੀ ਬਰਾਮਦ ਕੀਤੀ ਗਈ ਹੈ ਜੀ ਹਾਂ ਸੀਸੀਟੀਵੀ ਜੋ ਫੁਟੇਜ ਹੈਗੀ ਹਾਸਲ ਕੀਤੀ ਗਈ ਹੈ ਨਰੇਸ਼ ਮੇਤ ਹੋਰ ਸੀਨੀਅਰ ਅਫਸਰ ਵੀ ਮੌਕੇ 'ਤੇ ਹਾਜ਼ਰ ਨੇ ਅਤੇ ਉਹਨਾਂ ਨੂੰ ਮੁਲਜ਼ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਉਹਨਾਂ ਨੂੰ ਜਲਦੀ ਟ੍ਰੇਸ ਕਰ ਲਿਆ ਜਾਏ ਇਹ ਘਟਨਾ ਕਿੰਨੇ ਕੁ ਵਜੇ ਦੀ ਘਟਨਾਕ੍ਰਮ ਹੈ ਜੀ ਇਹ 1:15 ਦੇ ਕਰੀਬ ਦਾ ਹੈਗਾ ਸਰ ਇਹ ਕਿੰਨੇ ਕੁ ਇਹਨਾਂ ਲੁਟੇਰਿਆਂ ਨੇ ਫਾਇਰ ਕੀਤੇ ਇੱਥੇ ਹਾਂ ਦੋ ਫਾਇਰ ਹੋਏ ਨੇ ਔਰ ਦੋਨੋਂ ਫਾਇਰ ਕਿਤੇ ਗਏ ਨੇ ਹਾਂ ਦੋ ਫਾਇਰ ਹੋਏ ਨੇ ਦੋਨੋਂ ਗਾਰਡ ਦੇ ਕਿਤੇ ਇੱਕ ਗਾਰਡ ਦੇ ਲੱਗਾ ਹੈਗਾ ਇੱਕ ਉਹਦੇ ਤੇ ਲੱਗਾ ਹੈਗਾ ਆਪਣੇ ਫਰਸ਼ ਤੇ ਲੱਗਾ ਤੇ ਉਹਦੇ ਕੋਈ ਖੋਲ ਵਗੈਰਾ ਜਿਹੜੇ ਬਰਾਮਦ ਕੀਤੇ ਗਏ ਨੇ ਜਿਹੜੇ ਫਾਇਰ ਹੋਏ ਨੇ ਕੁਝ ਨਹੀਂ ਸਪੋਟ ਤੋਂ ਉਹਦਾ ਖੋਲ ਕੋਈ ਬਰਾਮਦ ਨਹੀਂ ਤੇ ਪਤਾ ਲੱਗਿਆ ਕਿ ਜਿਹੜੀ ਉਹਦੀ ਦਨਾਲੀ ਸੀ ਉਹ ਵੀ ਲੈ ਗਏ ਨੇ ਲੁਟੇਰੇ ਹਾਂ ਦਨਾਲੀ ਵੀ ਲੈ ਗਏ ਤੇ ਹੁਣ ਤੁਹਾਡੇ ਵੱਲੋਂ ਕੀ ਅੱਗੇ ਕਾਰਵਾਈ ਕੀਤੀ ਅਸੀਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਜਿਹੜੀ ਹੈ ਇਨੀਸ਼ੀਏਟ ਕਰ ਦਿੱਤੀ ਹੈਗੀ ਹੈ ਤੇ ਜਲਦੀ ਕੇਸ ਨੂੰ ਟ੍ਰੇਸ ਕਰ ਲਿਆ ਜਾਏਗਾ